ਸਾਨੂੰ ਆਵਾਜ਼ਾਂ ਆਉਣ, ਅੱਜ ਇਸ ਪਾਸੇ ਇੱਕ ਹਿੰਦੂ ਮਾਰਦਾ, ਅੱਜ ਉਸ ਪਾਸੇ ਇੱਕ ਪੂਰਾ ਟੋਲਾ ਹਿੰਦੂਆਂ ਦਾ ਮਾਰਦਾ, ਇਦਾਂ ਦੀਆਂ ਖਬਰਾਂ ਆਉਣ ਲੱਗ ਗਈਆਂ। ਸਾਡਾ ਮਨ ਜਿਹੜਾ ਸੀ ਨਾ ਉਹ ਘਬਰਾਉਣ ਲੱਗ, ਭਾਵੇਂ ਉਹ ਮੁਸਲਮਾਨ ਰਿਆਸਤ ਦਾ ਰਾਜਾ ਸੀ ਪਰ ਫਿਰ ਵੀ ਉਹਨੇ ਹਿੰਦੂਆਂ ਦੀ ਸੇਫਟੀ ਕੀਤੀ। ਕਹਿੰਦਾ ਅਸੀਂ ਮਕਾਨ ਖਾਪ ਦਾ ਖਾਲੀ ਲੱਭਣ ਲੱਗੇ, ਜਿਹੜੇ ਮਕਾਨ 'ਚ ਜਾਈਏ ਅੰਦਰ ਲਾਸ਼ਾਂ ਮਿਲ। ਇਹ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਪ੍ਰੇਰਨਾ ਦਿੱਤੀ ਜਾਂ ਤੁਸੀਂ ਇਹ ਕਿੱਦਾਂ ਇੱਥੇ ਪਹੁੰਚੇ ਇਸ ਕੰਮ 'ਚ? ਅਤੇ ਜੇ ਪੈਸੇ ਦੀ ਲੋੜ ਤਾਂ ਮੈਂ ਲਾਵਾਂਗਾ ਅਤੇ ਤੁਸੀਂ ਇਹ ਕਰੋ। ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਂ ਓਮ ਚੰਦ ਸੀ। ਸਾਡੇ ਵਾਸਤੇ ਰੱਬ ਉਹ ਹੈ, ਉੱਥੋਂ ਸਾਨੂੰ ਇੰਨੀ ਕਿਰਪਾ ਸਾਡੇ 'ਤੇ ਹੋਈ, ਸਾਡਾ ਆਪਸ ਵਿੱਚ ਵਿਗਾੜ ਪੈ ਗਿਆ, ਅਸੀਂ ਅਲੱਗ ਅਲੱਗ ਹੋ ਗਏ। ਮਿਹਨਤ ਕਰ ਕਰਕੇ ਅੱਜ ਅਰੋੜਾ ਬਰਾਦਰੀ ਜਿੰਨੇ ਵੀ ਪਾਕਿਸਤਾਨ ਦੇ ਲੋਕ ਸਨ ਅੱਜ ਬੁਲੰਦੀਆਂ 'ਤੇ ਪਹੁੰਚ ਗਏ ਨੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਪਣੇ ਹਿੰਦੁਸਤਾਨ ਅਤੇ ਪਾਕਿਸਤਾਨ ਦੀ। 1947 ਤੋਂ ਪਹਿਲੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਦੋਵੇਂ ਦੇਸ਼ਾਂ ਦਾ ਅਲੱਗ ਅਲੱਗ ਜਿਹੜੇ ਲੋਕ ਨੇ ਪਾਕਿਸਤਾਨ ਦੇ ਹਿੰਦੁਸਤਾਨ 'ਚ ਆ ਜਾਣਗੇ ਅਤੇ ਹਿੰਦੁਸਤਾਨ ਦੇ ਪਾਕਿਸਤਾਨ 'ਚ ਚਲੇ ਜਾਣਗੇ। ਅੰਗਰੇਜ਼ਾਂ ਨੇ ਸਾਜਿਸ਼ ਰਚੀ, ਹਿੰਦੁਸਤਾਨ ਦੇ ਦੋ ਟੁਕੜੇ ਕਰ ਛੱਡੇ। ਆਜ਼ਾਦੀ ਤਾਂ ਮਿਲੀ, ਆਜ਼ਾਦੀ ਤੋਂ ਬਾਅਦ ਜੋ ਕੁਛ ਮਿਲਿਆ ਉਹ ਬਿਆਨ ਨਹੀਂ ਕਰ ਸਕਦੇ। ਸਭ ਤੋਂ ਵੱਡੀ ਜਿਹੜੀ ਤ੍ਰਾਸਦੀ ਆ, ਸਭ ਤੋਂ ਬੜਾ ਜਿਹੜਾ ਦੁੱਖ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਚੱਲਿਆ। ਪੰਜਾਬ ਦੇ ਲੋਕ ਜਿਹੜੇ ਮੁਸਲਮਾਨ ਇੱਥੇ ਰਹਿੰਦੇ ਸੀ ਉਹ ਪਾਕਿਸਤਾਨ ਚਲੇ ਗਏ, ਪਾਕਿਸਤਾਨ ਦੇ ਜਿਹੜੇ ਹਿੰਦੂ ਅਤੇ ਸਿੱਖ ਲੋਕ ਸਨ ਇੱਥੇ ਆ ਗਏ। ਮੇਰੇ ਨਾਲ ਅਰੋੜਾ ਸਾਹਿਬ ਬੈਠੇ ਨੇ, ਐਲ ਆਰ ਅਰੋੜਾ ਲੇਖਰਾਜ ਜੀ। ਇਹ ਤਾਂ ਇੱਥੇ ਹਿੰਦੁਸਤਾਨ 'ਚ ਜੰਮੇ ਪਰ ਇਹਦੇ ਜਿਹੜੇ ਡੈਡੀ ਸੀ ਮੁਲਤਾਨ ਦੇ ਰਹਿਣ ਵਾਲੇ ਸਨ, ਮਲਸੀਆਂ ਦੇ, ਜਿਹੜਾ ਕਿ ਕਸਬੇ ਦਾ ਨਾਮ ਸੀ। ਮੈਂ ਅਰੋੜਾ ਜੀ ਨੂੰ ਪੁੱਛਾਂਗਾ ਕਿ ਤੁਹਾਨੂੰ ਜਿਹੜੇ ਡੈਡੀ ਸਾਹਿਬ ਤੁਹਾਡੇ ਸਨ ਜਾਂ ਤੁਹਾਡੀ ਮਾਂ ਜੀ ਸਨ, ਉਹ ਤੁਹਾਡੇ ਨਾਲ ਗੱਲਾਂ ਕਰਦੇ ਸਨ ਵੀ ਅਸੀਂ ਬੱਚਾ ਉੱਥੋਂ ਆਏ ਹਾਂ ਪਾਕਿਸਤਾਨ ਤੋਂ, ਸਾਡਾ ਪਾਕਿਸਤਾਨ 'ਚ ਇਹ ਕਾਰੋਬਾਰ ਸੀ ਜੀ, ਅਸੀਂ ਇੱਦਾਂ ਰਹਿੰਦੇ ਸੀ, ਜਿਹੜੀਆਂ ਗੱਲਾਂ ਤੁਸੀਂ ਉਹਨਾਂ ਤੋਂ ਸੁਣੀਆਂ ਅਸੀਂ ਤਾਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ, ਉਹ ਵੀ ਤੁਸੀਂ ਸਾਨੂੰ ਦੱਸੋਗੇ ਅਤੇ ਅੱਜ ਜਿਹੜੇ ਬੱਚੇ ਨੇ ਆਉਣ ਵਾਲੇ ਸਾਡੇ ਉਹ ਇਹੀ ਗੱਲਾਂ ਵੇਖਣਗੇ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸਨ ਉਹ ਤਾਂ ਹੁਣ ਨਹੀਂ ਕਹਾਣੀਆਂ ਦੱਸਣ ਲਈ ਸਾਡੇ ਸਾਹਮਣੇ ਨੇ, ਪਰ ਤੁਸੀਂ ਜਿਹੜੇ ਹੈਗੇ ਹੋ ਤੁਸੀਂ ਦੱਸ ਸਕਦੇ ਹੈਗੇ ਹੋ ਵੀ ਤੁਸੀਂ ਹਿੰਦੁਸਤਾਨ 'ਚ ਜਾ ਕੇ ਪੈਦਾ ਹੋਏ, ਲੇਕਿਨ ਤੁਹਾਡੇ ਜਿਹੜੇ ਡੈਡੀ ਸਨ ਉਹਨਾਂ ਨੇ ਤੁਹਾਨੂੰ ਕਿਹੜੀਆਂ ਗੱਲਾਂ ਦੱਸੀਆਂ ਮੁਲਤਾਨ ਦੇ ਬਾਰੇ? ਸ਼ਰਮਾ ਜੀ, ਜਦੋਂ ਸਾਡੇ ਡੈਡੀ ਅਸੀਂ ਛੋਟੇ ਛੋਟੇ ਹੁੰਦੇ ਸੀ, ਸਾਡੇ ਡੈਡੀ ਜੀ ਸਾਨੂੰ ਬਿਠਾ ਕੇ ਅਸੀਂ ਉਹਨਾਂ ਨੂੰ ਪੁੱਛਣਾ ਵੀ ਡੈਡੀ ਜੀ ਤੁਸੀਂ ਕਿੱਦਾਂ ਆਏ, ਕਿਵੇਂ ਤੁਹਾਡੀ ਜ਼ਿੰਦਗੀ ਬਤੀਤ ਹੋਈ? ਕਹਿੰਦਾ ਜੀ ਅਸੀਂ ਮੁਲਤਾਨ ਪਿੱਛੇ, ਉਹਨਾਂ ਦਾ ਸਾਡੇ ਫਾਦਰ ਉਹਨਾਂ ਦਾ ਏਰੀਆ ਸੀ ਮੁਲਤਾਨ ਜ਼ਿਲ੍ਹੇ ਦਾ ਮਲਸੀਆਂ ਮੰਡੀ, ਉੱਥੇ ਉਹ ਰਹਿੰਦੇ ਸੀ। ਉਹਨਾਂ ਉੱਥੇ ਉਹਨਾਂ ਦੀ ਖੇਤੀ ਸੀ, 100-200 ਏਕੜ ਦੀ ਖੇਤੀ ਸੀ, ਵੀ ਉਹ ਖੇਤੀ ਕਰਦੇ ਸੀ। ਜਦੋਂ ਇਹ ਉਹ ਇੱਕ ਉਸ ਏਰੀਏ ਦੀ ਕੋਈ ਜਿੱਦਾਂ ਆਪਣਾ ਹੁਣ ਸਮਝੋ ਪੰਜਾਬ ਦਾ ਮੁੱਖ ਮੰਤਰੀ ਹੈ, ਉਹ ਰਿਆਸਤ ਦਾ ਜਿਹੜਾ ਰਾਜਾ ਸੀ ਉਹ ਦਲਤਾਨਾ ਸੀ ਮੁਸਲਮਾਨ। ਉਹਨਾਂ ਨੇ ਕਹਿੰਦੇ ਜੀ ਸਾਡੀ ਉਹ ਰਿਆਸਤ ਦਾ ਜਿਹੜਾ ਰਾਜਾ ਸੀ ਨਾ ਮੁਸਲਮਾਨ ਦਲਤਾਨਾ ਸੀ, ਦਲਤਾਨਾ। ਕਹਿੰਦੇ ਜੀ ਅਸੀਂ ਸਾਰੇ ਉਸ ਰਿਆਸਤ 'ਚ ਕੰਮ ਕਰਦੇ ਸੀ, ਸਾਡੀ ਆਪਣੀਆਂ ਜ਼ਮੀਨਾਂ ਸੀ, ਅਸੀਂ ਕੰਮ ਕਰਦੇ ਸੀ। ਕਹਿੰਦਾ ਜਦੋਂ ਇਹ ਰੋਲਾ ਪਿਆ ਨਾ, ਉਹਨਾਂ ਨੇ ਉਹ ਰਾਜੇ ਨੇ ਸਾਨੂੰ ਸਾਰਿਆਂ ਨੂੰ ਇੱਕ ਥਾਂ 'ਤੇ ਇਹ ਗੱਲ ਕੀਤੀ ਵੀ ਤੁਸੀਂ ਬਾਹਰ ਮੇਰੀ ਰਿਆਸਤ 'ਚ ਮੈਂ ਕਿਸੇ ਹਿੰਦੂ ਨੂੰ ਹੱਥ ਨਹੀਂ ਲਾਉਣ ਦੇਣਾ, ਮੈਂ ਤੁਹਾਨੂੰ ਪੂਰੀ ਸੇਫਟੀ ਦਿਆਂਗਾ। ਕੁਛ ਦਿਨ ਪਏ ਸ਼ਰਮਾ ਜੀ, ਉਹ ਕਹਿੰਦੇ ਕੁਛ ਦਿਨ ਪਏ ਆਸੇ ਪਾਸੇ ਆਲੇ ਦੁਆਲੇ ਮਾਰਕੀਟ ਆਈ ਸ਼ੁਰੂ ਹੋ ਗਈ, ਜੋ ਸਾਡੇ ਫਾਦਰ ਨੇ ਦੱਸਿਆ। ਕਹਿੰਦਾ ਮਾਰਕੀਟ ਆਈ ਸ਼ੁਰੂ ਹੋ ਗਈ, ਅਸੀਂ ਉਹ ਦਲਤਾਨਾ ਸਾਹਿਬ ਕੋਲ ਗਏ, ਉਹਨਾਂ ਨੂੰ ਕਿਹਾ ਜੀ ਸਾਡੇ ਆਸੇ ਪਾਸੇ ਮਾਲ ਕਟਾਈ ਹੋਣੀ ਹੈ ਅਤੇ ਸਾਡੀ ਅਸੀਂ ਛੱਡ ਕੇ ਜਾਂਦੇ ਨਹੀਂ, ਸਾਡੀਆਂ ਇੱਥੇ ਜ਼ਮੀਨਾਂ ਨੇ, ਅਸੀਂ ਹਿੰਦੁਸਤਾਨ ਕਿੱਦਾਂ ਜਾਵਾਂਗੇ, ਸਾਡੀ ਰੱਖਿਆ ਕਰੋ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਕ ਜਗ੍ਹਾ ਸਾਰੇ ਇਕੱਠੇ ਹੋ ਗਏ। ਕਹਿੰਦੇ ਜਦੋਂ ਅਸੀਂ ਇੱਕ ਜਗ੍ਹਾ ਇਕੱਠੇ ਹੋ ਗਏ ਤਾਂ ਉਹਨਾਂ ਨੇ ਸਾਨੂੰ ਦੱਸਿਆ, ਅਸੀਂ ਸਾਡੀ ਉਹਨੇ ਸੇਫਟੀ ਕੀਤੀ, ਸਾਨੂੰ ਕੋਈ ਕਿਸੇ ਨੇ ਤੰਗ ਨਹੀਂ ਕੀਤਾ, ਨਾ ਸਾਡੀ ਮਾਰ ਕਟਾਈ ਹੋਈ। ਕਹਿੰਦਾ ਕੁਛ ਦਿਨਾਂ ਬਾਅਦ ਜਦੋਂ ਅਸੀਂ ਇਕੱਠੇ ਹੋਏ ਸਾਨੂੰ ਆਵਾਜ਼ਾਂ ਆਉਣ, ਅੱਜ ਇਸ ਪਾਸੇ ਇੱਕ ਹਿੰਦੂ ਮਾਰਦਾ, ਅੱਜ ਉਸ ਪਾਸੇ ਇੱਕ ਪੂਰਾ ਟੋਲਾ ਹਿੰਦੂਆਂ ਦਾ ਮਾਰਦਾ, ਇੱਦਾਂ ਦੀਆਂ ਖਬਰਾਂ ਆਉਣ ਲੱਗ ਗਈਆਂ। ਸਾਡਾ ਮਨ ਜਿਹੜਾ ਸੀ ਨਾ ਉਹ ਘਬਰਾਉਣ ਲੱਗ ਗਿਆ। ਕਹਿੰਦਾ ਫਿਰ ਅਸੀਂ ਉਹ ਦਲਤਾਨਾ ਸਾਹਿਬ ਆਏ ਸਾਡੇ ਕੋਲੋਂ, ਕਹਿੰਦਾ ਜੀ ਹੁਣ ਹਿੰਦੁਸਤਾਨ ਅਤੇ ਪਾਕਿਸਤਾਨ ਬਣ ਚੁੱਕਿਆ, ਕਹਿੰਦਾ ਹੁਣ ਕੋਈ ਚਾਰਾ ਨਹੀਂ ਹੈਗਾ, ਤੁਹਾਨੂੰ ਆਪਣੀਆਂ ਜ਼ਮੀਨਾਂ, ਤੁਹਾਡੇ ਆਪਣੇ ਘਰ। ਕਹਿੰਦਾ ਉਦੋਂ ਸਾਡੇ
नरमा पंजाब कहें उधर भी नरमा कहें इतने भी नरमा कहें कोट कहना साढ़े नरमे के जोड़े ग गोदाम से ना कहना खेती दी जो नरमा चुग के असी आपके कमरे भरे पे से कहना मझा सी साड़िया कहना सारा कुछ ही छड़ के आपकी जान बचा के उन्होंने फिर सानू सेफ्टी दी कहना सारे हिंदू उत्थे कट्ठे कर ले करके उन्होंने एक गड्डी मंगाई कहना सी एक ट्रेन उन्होंने मंगाई उस विच सारे हिंदुओं को बिठा के सारे परिवारों को बिठा के गोरखा मिलटरी उन्हें अगे भी तो पिछे भी बिठाती भी आवाजा ये आदि सी भी अज आ फलानी थान हिंदुओं की गड्डी कटती इस फलाने देश वो गड्डी कटती कहना असी सहमे हुए गड्डी दे विच सानू उन्होंने सेफ्टी पूरी दिती भावें मुसलमान रियासत का राजा सी पर फिर भी उन्हें हिंदुओं की सेफ्टी की ते इन्ना करते बावजूद जो गड्डी उतों चली तो असी लोग गड्डी दे विच कहिंदा इन्ने सहमे हुए सी भीड़ बड़ी सी गड्डी च कहना असी इन्ने सहमे पे सी ना सानू डर लगता पिया सी भी ते किते गड्डी नू रोक के कट वड ना हो जाए क्यों खबरां तां इही आ रही सी कहना जदों हिंदुस्तान अटारी बार्डर तो गड्डी एंटर हुई ना जय भोलेनाथ महा बजरंग बली कहिंदा असी ना सानू सह च सह आया साढ़े शरीर नू जान पई भी असी हुण हिंदुस्तान च पहुँच गए हिंदुस्तान च पहुँच के सानू अलग फील नज़र आई जबकि उधर का एरिया साडा चलता फिरदे घर असी वह बर्बाद किते आपकी जान बचाने लिए सारा कुछ छड़ के आए कहिंदा फिर इत्थे आ के ना साडी जिहड़ी गड्डी सी ना वह पानीपत उतरी पानीपत दे विच की होया जदों असी उतरे उत्थे कैंप लगे हुए सी कैंपां दे विच कहिंदा सानू उन्होंने रहाया हुण खाण पीण नू सरकार दो दो चार चार रोटियां दे एक टाइम आन नहीं आन भुखे प्यासे कारोबार काम कोई लभदे ना कहिंदा कुछ सब्जियां मंडियां है जैसी लोकां ने काम किया घर जदों कैंपां चों निकले तां जदों पुराने पानीपत बाजारां च वड़े लोकां नू की होया सरकार ने कहा भी जिहड़े मकान खाली पए ने उन्हां च वड़ जाओ कहिंदा असी मकान खाप दा खाली लभण लगे जिहड़े मकान च जाइए अंदर लाशां पईआं बंदे मरे पए किसी की बदबूआन कहता असी एक मकान छड़ीए दो मकान छड़ीए चार मकान छड़ीए सानू मकान ही ना लभे जिदे च बंदे ना मरे पे हो कहता डरते भी सी कहता करते करते एक सानू मकान मिलिया कुछ टाइम बाद असी आपका पहला तो मंडी मुंडी च काम करते रहे कुछ टाइम बाद सानू तीन खूह मिल गए पानीपाते च पानीपाते च तीन खूह की जगह समझ लो एक एक खूह के भी पच्ची किले होंगे तीन खूह शहर के नाल मिल गए कहिंदा असी उत्थे जदों कोई मरचा की खेती की या एक अद्धा असी बैल बूल लिया खूह घूमन वाले होंगे सी कहिंदा उन्हें अगे ला के पिछे मैनू भी थोड़ा थोड़ा याद है उस खूह के पिछे ना उन्हों जो झोटा ला देंगे सी उन्होंने भजाने पिछे असी भी बैठते सी गद्दी जी बना के सब छोटे बच्चों बिठा देंगे सी इन्हों भजाई रखो पानी खूह चो निकलता सी ते असी भी उत्थे बैठे असी छोटे होंगे सी समा पै के रुजगार की रुजगार दे करके उत्थे वो खेती ये काम नहीं चलिया वो ना खेती चज नाल हुई ना कुछ होया उस जिहड़े उत्तरों पाकिस्तान चो आए सी ना वो फिर एक दूजे नाल ना थोड़ा बहुत कोई किवें ना किवें संपर्क च हवा च ही संपर्क हुंदा सी वे साडे पिंड दे उधर फतेहबाद हरियाणा च सी वे उधर चले गए वे उत्थे उन्हां नूं काम मिल गया काम कर रहे ने कहिंदा सी फिर अपने तिने खूह छड्ड दे खूह छड़ते मकान च कहिंदा साडा छिड़ा छोटा ब्रदर सी उन्हें बिठाता भी मकान तो रहने लई चाहीदा कहिंदा सी जदों कम दी भाल च फतेहबाद आ गए जदों असी पंजाब च वड़े ना आ के कहिंदा पूरा ही पंजाब रेगिस्तान सी टिब्बे सी रेता सी कंडे हुए हुए सी रेता उड़दा सी किते भी कुछ नहीं सी पंजाब हरियाणा एक ही सी उदों ते कहिंदा उत्थे सानू पानी पीण नू ना मिलिया साढ़े कोल एक एक गां सी एक साढ़े कोल ऊट सी कहिंदा एक घोड़ी सी कहिंदा असी भुख दे प्यासे दे मारे होए उन्हां नू वेच वूच के अपना काम चलाया कहिंदा भी हुण असी आख्या भी इत्थों नाल तां जिहड़ी वधिया तां फिर पागा ओह अपना पानीपत है आपां पानीपत चले जाइए ते कहिंदा असी तुरदे होए उतों फतेहबाद तों बुलाडा पैंदा मानसा जिले च उत्थे असी कहिंदा पैदल आ गए उतों एक रेल गड्डी पानीपत दिल्ली जाती सी कहिंदा असी उस गड्डी दे उत्ते बैठ के वापस फिर पानीपत चले गए
फिर उत्थे जाके फिर असी खेती खुती जो जग खूह तो साढ़े को है ही सी। कहिंदा फिर खेती खुती की, कहिंदा कुछ नहीं बनता सी, ना कोई बंदा लैन आला सी, ना कोई वेचन आला सी, एवें मुख तेची लोग लै जांदे सी। ते कहिंदा असी फिर उत्थे ना साडा गुजारा होया। फिर सानू किसी ने सानू दस्या भी मानसा जिले च एक बलाडे दे नाल पिंड हैगा सैदे आला, कहिंदा भी उत्थे अपने बंदे बैठे है, उत्थे वो छोटियां मोटियां दुकानां करदे है। कहिंदा उत्थे आले दुआले पिंडां वाले आंदे है, समान लै जांदे है, उहदा रुजगार बन जांदा है। ते असी सोचा भी चलो आपां खेती फिर उह छड्ड, अजकल तां कोई एक छोटी जी इन्नी जगह भी नहीं छड्डदा, वो सारी खूह छड्ड के मानसा जिले च आ गए। मानसा जिले च आ गए, इत्थे आके दुकान कर ली। दुकान करते करते बस वो रोटी पानी का ही खर्चा सी। ये पिंड जो असी देखिया इतों जोड़े बंदे पाकिस्तान तो राह सिख बिरादरी से वो बहुत आई हुई सी, पिंड भी कोई जमीन नहीं सी, इतने भी पंजाब भी तो वह भी बेचारे दिहाड़ी दप्पा करके काम कर रहे सी। जेड़े वो पिंड दे विच जेड़े सरदार भी सी हैगे सी ना, वो भी पाकिस्तान तो ही आए हुए सी उस पिंड चों, वो एकदम सारे पाकिस्तानी जे सी सैदे आला पिंड च। वो मेल मिलाप वधिया हो गया इन्हां दा आपस विच, उत्थे रोटी पानी दा इन्हां दा जुगाड़ बन गया, असीं भी उत्थे ही पैदा होए। ते होर पुछो भी बस यही पुछना सी कि मलसिया तो तुसीं जाणी के पहले पाकिस्तान च तुसा मुल्तान तो, मुल्तान तो बाद तुसा ਮਲਸੀਆ ਤੁਹਾਡਾ ਜਿਹੜਾ ਸੀਗਾ ਕਸਬਾ ਸੀਗਾ, ਤੇ ਉੱਥੇ ਤੁਹਾਡੇ ਡੈਡੀ ਜਿੱਦਾਂ ਤੁਸੀਂ ਦੱਸਿਆ ਹੀ ਹੈਗਾ ਕਿ ਟ੍ਰੇਨਾਂ 'ਚ ਬਹਿ ਕੇ ਤੁਸੀਂ ਇੱਥੇ ਪੰਜਾਬ ਆਪਣਾ ਆਏ, ਹਿੰਦੁਸਤਾਨ ਦੇ ਵਿੱਚ ਆਏ, ਪਾਣੀਪਤ ਗਏ। ਪਾਣੀਪਤ ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਇਸ ਟਾਈਮ ਤੁਹਾਡਾ ਜਿਹੜਾ ਰੁਜ਼ਗਾਰ ਹੈਗਾ ਇਹ ਤੁਸੀਂ ਲੁਧਿਆਣੇ ਦੇ ਵਿੱਚ ਅੱਧੇ ਦਿਖਾ, ਥੋੜ੍ਹਾ ਜਿਹਾ ਕੰਮ ਜਿਹੜਾ ਇਹਨਾਂ ਦਾ ਸ਼ਾਲਾਂ ਦਾ ਕੰਮ ਹੈ ਇਸ ਟਾਈਮ ਇਹਨਾਂ ਦਾ। ਇਹ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਪ੍ਰੇਰਨਾ ਦਿੱਤੀ ਜਾਂ ਤੁਸੀਂ ਇਹ ਕਿੱਦਾਂ ਇੱਥੇ ਪਹੁੰਚੇ ਇਸ ਕੰਮ ਦੇ ਵਿੱਚ? ਇਹ ਕੰਮ ਜਦੋਂ ਅਸੀਂ ਆਪਣੇ ਪਿੰਡ ਸੈਦੇ ਵਾਲੇ ਸੀ ਨਾ, ਹਾਂਜੀ, ਉਦੋਂ ਅਸੀਂ ਜਦੋਂ ਸਕੂਲ ਪੜ੍ਹਦੇ ਸੀ, ਦਸਵੀਂ ਸਕੂਲ ਸਾਡੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਸੀ, ਉਸ ਤੋਂ ਅੱਗੇ ਸਾਡੇ ਸਕੂਲ ਦੇ ਨਾਲ ਹੈਗਾ ਸੀ ਹਾਈ ਸਕੂਲ ਬੋਹਾ। ਉਹ ਇੱਕੋ ਹੀ ਸਕੂਲ ਸੀ ਹਾਈ ਸਕੂਲ, ਉਹਨੂੰ 100 ਪਿੰਡ ਘੱਟੋ ਘੱਟ ਲੱਗਦੇ ਸੀ, ਜਿਹੜੇ ਪੰਜਵੀਂ ਪਾਸ ਕਰਕੇ ਮੁੰਡੇ ਉਹ ਸਕੂਲ ਵਿੱਚ ਜਾਂਦੇ ਸੀ। ਜਦੋਂ ਅਸੀਂ ਮੈਟ੍ਰਿਕ ਪਾਸ ਉਸ ਸਕੂਲ ਵਿੱਚੋਂ ਕੀਤੀ, ਉੱਧਰ ਕੋਈ ਰੁਜ਼ਗਾਰ ਨਹੀਂ ਸੀ, ਬਿਲਕੁਲ ਖਾਲੀ ਸੀ ਏਰੀਆ। ਇੱਕ ਸਾਡੇ ਪਿੰਡ ਦਾ ਸੀ ਕੋਈ, ਉੱਥੋਂ ਪਿੰਡ 'ਚੋਂ ਪਹਿਲਾਂ ਇੱਥੇ ਆਇਆ ਹੋਇਆ ਸੀ, ਉਹ ਮੋਚਪੁਰੇ ਬਾਜ਼ਾਰ 'ਚ ਛਾਲਾਂ ਦਾ ਕੰਮ ਕਰਦਾ ਸੀ। ਉਹ ਸਾਨੂੰ ਕਹਿ ਕੇ ਆਇਆ, ਕਹਿੰਦਾ ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਅਸੀਂ ਛਾਲਾਂ ਦਾ ਕੰਮ ਸਿਖਾਵਾਂਗੇ। ਅਸੀਂ ਉਹਨਾਂ ਦੇ ਨਾਲ ਆ ਗਏ। ਜਦੋਂ ਨਾਲ ਆ ਗਏ, ਸਾਡਾ ਇਹ ਕੋਈ ਕਿੱਤਾ ਨਹੀਂ ਸੀ ਛਾਲਾਂ ਦਾ, ਨਾ ਤੁਸੀਂ ਇਕੱਲੇ ਆਏ, ਤੁਹਾਡੇ ਭਾਈ ਸਨ ਵੀ, ਹੋਰ ਵੀ ਸਨ? ਮੇਰੇ ਤੋਂ ਇੱਕ ਮੇਰਾ ਭਰਾ ਵੱਡਾ ਸੀ, ਉਹ 5 ਸਾਲ ਪਹਿਲਾਂ ਜਿਹੜਾ ਸੀ, ਸਾਡੇ ਫਾਦਰ ਜਿਹੜੇ ਸੀ ਬਜ਼ੁਰਗ ਹੋ ਚੁੱਕੇ ਸੀ। ਕੀ ਨਾਂ ਸੀ ਤੁਹਾਡੇ ਫਾਦਰ ਸਾਹਿਬ ਦਾ? ਹੇਤ ਰਾਮ ਸੀ। ਹੇਤ ਰਾਮ ਜੀ, ਹਾਂਜੀ, ਉਹ ਬਜ਼ੁਰਗ ਹੋ ਚੁੱਕੇ ਸੀ, ਉਹਨਾਂ ਨੂੰ ਕੋਈ ਨਹੀਂ ਸੀ, ਜਿਹੜੇ ਆਪਣੇ ਬਾਣੀਆਂ, ਉਹਨਾਂ ਬਾਣੀਆਂ ਬਰਾਦਰੀ 'ਚੋਂ ਸੀ, ਉਹਨਾਂ ਦੀ ਉਹ ਸਾਡੇ ਪਿੰਡ ਜ਼ਮੀਨ ਸੀ। ਉਹ 6 ਮਹੀਨਾ ਬਾਅਦ ਨਾ ਉਹ ਖੇਤੀ ਲਈ ਆਪਣੀ ਜ਼ਮੀਨ 'ਤੇ ਜਾਂਦੇ ਸੀ, ਹੈ ਲੁਧਿਆਣੇ ਆਏ ਹੋਏ ਸੀ, ਉਹ ਪਿੰਡ ਛੱਡ ਕੇ ਲੁਧਿਆਣੇ ਆ ਗਏ ਸੀ। ਉਹਨਾਂ ਨੇ ਇੱਥੇ ਛਾਲਾਂ ਦਾ ਕਾਰੋਬਾਰ ਕੀਤਾ। ਜਦੋਂ ਉਹ ਲੈ ਕੇ ਸਾਨੂੰ ਆਏ ਨਾ ਇੱਥੇ, ਇੱਥੇ ਅਸੀਂ ਇੱਕ ਨਾ ਗਊਸ਼ਾਲਾ ਜਿੱਥੇ ਆਪਾਂ ਬੈਠੇ ਦੇ ਨਾਲ ਹੀ ਇੱਕ ਫੈਕਟਰੀ ਸੀ, ਉਹ ਅਸੀਂ ਕਿਰਾਏ 'ਤੇ ਲੈ ਲਈ। ਅੱਛਾ। ਨੌਲੇਜ ਨਾ ਹੋਣ ਦੇ ਬਾਵਜੂਦ ਅਸੀਂ ਇੱਕ ਫੈਕਟਰੀ ਕਿਰਾਏ 'ਤੇ ਲੈ ਲਈ, 4,4500 ਰੁਪਏ ਮਹੀਨੇ 'ਚ। ਜਦੋਂ ਅਸੀਂ ਲੈ ਲਈ, ਪੈਸਾ ਤਾਂ ਸਾਡੇ ਕੋਲ ਹੈ ਨਹੀਂ ਸੀ, 10-20,000 ਰੁਪਈਆ ਸੀ। ਅਤੇ ਕਾਰੋਬਾਰ ਉਹ ਜਿਹੜਾ ਸਾਡੇ ਨਾਲ ਪਾਰਟਨਰਸ਼ਿਪ ਸੀ, ਉਹਨੇ ਸਾਨੂੰ ਡਰਾ ਤਾ। ਸਾਨੂੰ ਕਹਿੰਦਾ ਰੋੜਾ ਜੀ, ਇੱਥੇ ਜਿਹੜਾ ਮਾਲ ਹੈਗਾ, ਅਸੀਂ ਸਕੂਲ 'ਚ ਪੜ੍ਹਦੇ ਸੀ, 22-23 ਸਾਲਾਂ ਦੀ ਉਮਰ ਸੀ, ਕਹਿੰਦਾ ਇੱਥੇ ਰੋਜ਼ ਦਾ ਜਿਹੜਾ ਮਾਲ ਹੈਗਾ 150 ਕਿਲੋ ਬਣਨਾ ਹੈ। ਕਹਿੰਦਾ ਇਸ ਟਾਈਮ 150 ਰੁਪਏ ਕਿਲੋ ਦਾ ਰੇਟ ਹੈ, 25,000 ਰੁਪਏ 30,000 ਦਾ ਕਹਿੰਦਾ ਤੁਹਾਡਾ ਮਾਲ ਰੋਜ਼ ਦਾ ਬਣਨਾ ਹੈ, ਤੁਸੀਂ ਇੰਨੇ ਪੈਸੇ ਹੈਗੇ ਹੈ। ਸਾਡੇ ਕੋਲ ਇੱਕ ਦਿਨ ਦੇ ਵੀ ਕੋਈ ਨਹੀਂ ਸੀ। ਉਹ ਕਹਿੰਦਾ ਮੈਂ ਤੁਹਾਡੀ ਮਦਦ ਕਰੂੰਗਾ, ਤੁਸੀਂ ਮਸ਼ੀਨਾਂ ਲੈ ਲਓ, ਮੇਰੇ ਨਾਲ ਅੱਧਾ ਕੰਮ ਤੁਸੀਂ ਕਰਨਾ ਹੈ, ਅਤੇ ਜੇ ਪੈਸੇ ਦੀ ਲੋੜ ਤਾਂ ਹੀ ਮੈਂ ਲਾਵਾਂਗਾ, ਅਤੇ ਤੁਸੀਂ ਇਹ ਕਰੋ। ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਂ ਓਮ ਚੰਦ ਸੀ। ਅੱਛਾ ਅੱਛਾ, ਉਹ ਵੀ ਪਾਕਿਸਤਾਨੀ ਸੀ ਜਾਂ? ਨਹੀਂ ਨਹੀਂ, ਉਹ ਇੱਥੇ ਉਹ ਬਾਣੀਆ ਸੀ, ਉਹਦੀ ਜ਼ਮੀਨ ਸੀ ਸਾਡੇ ਪਿੰਡ ਸੀ। ਅੱਛਾ। ਹਾਂ, ਅਤੇ ਉਹ ਸਾਨੂੰ ਲੈ ਆਇਆ। ਪਰ ਦੇਖੋ, ਜੇ ਕੋਈ ਵੀ ਗੱਲ ਹੁੰਦਾ ਨਾ, ਅੱਜ ਕੱਲ੍ਹ ਜਿਹੜਾ ਰੋੜਾ ਬਰਾਦਰੀ ਲਾ ਲਓ, ਇਹ ਲਾ ਲਓ, ਇਹ ਥੋੜ੍ਹਾ ਜਿਹਾ ਧਾਰਮਿਕ ਵਿਚਾਰਾਂ ਵਾਲੀ ਆ, ਇਹ ਕਿਸੇ ਨਾਲ ਧੋਖਾਬਾਜ਼ੀ ਆ, ਕੋਈ ਇੱਦਾਂ ਦਾ ਨਹੀਂ ਕਰਦਾ। ਅਤੇ ਜਿਹੜਾ ਬਾਣੀਆਂ ਕੌਮ ਹੈ ਨਾ, ਇਹਨੂੰ ਤਾਂ ਵੈਸੇ ਹੀ ਥੋੜ੍ਹਾ ਜਿਹਾ ਹੁੰਦਾ, ਪੈਸੇ ਨਾਲ ਜ਼ਿਆਦਾ ਧਿਆਨ ਦਿੰਦੇ ਆ। ਉਹਨੇ ਨਾ ਅਸੀਂ ਫੈਕਟਰੀ ਲੈ ਲਈ, ਸਾਡੇ ਕੋਲ ਵੀ ਕੋਈ ਪੈਸੇ ਹੈਗੇ ਸੀ 30-25-30-30-40 ਹਜ਼ਾਰ। ਮਾਰਕੀਟ 'ਚ ਜਦੋਂ ਅਸੀਂ ਫੈਕਟਰੀ ਚਲਾਈ ਨਾ,
ਤੇ ਅਸੀਂ ਬੜੀ ਮਿਹਨਤ ਕਰੀ ਉੱਤੇ ਹੀ ਰਹਿੰਦੇ ਸੀ ਅਸੀਂ ਉੱਪਰ ਰਹਿੰਦੇ ਸੀ ਰਾਤ ਨੂੰ ਮਸ਼ੀਨ ਖਰਾਬ ਹੋ ਜਾਣੀ 12-12 ਵਜੇ ਤੱਕ ਅਸੀਂ ਆਪ ਠੀਕ ਕਰਨੀ ਹੈ ਸਾਰੇ ਹੱਥ ਕਾਲੇ ਮਿਹਨਤ ਰਾਤ ਨੂੰ ਫੋਨ ਕਰ ਦੇਣਾ ਥੱਲੋ ਕਾਰੀਗਰਾਂ ਨੇ ਅਸੀਂ ਪਹੁੰਚ ਜਾਣਾ ਬੜੀ ਮਿਹਨਤ ਕੀਤੀ ਸਾਡਾ ਨਾਂ ਚੱਲ ਗਿਆ ਬਾਜ਼ਾਰ ਮੋਚਪੁਰੇ ਜਿਹੜਾ ਮਾਲ 150 ਰੁਪਏ ਲੋਕਾਂ ਦਾ ਵਿਕਦਾ ਸੀ ਨਾ ਕਿਲੋ ਉਹ ਸਾਡਾ 180 ਰੁਪਏ ਵਿਕਦਾ ਸੀ 30 ਰੁਪਏ ਕਿਲੋ ਦਾ ਵਾਧਾ ਫਿਰ ਉਸ ਟਾਈਮ ਮਾਲ ਦੀ ਪੂਰਤੀ ਨਹੀਂ ਹੁੰਦੀ ਸੀ ਹੁਣ ਤਾਂ ਦੇਖੋ ਮਾਲ ਭਰੇ ਪਏ ਆ ਮਾਲ ਦੀ ਪੂਰਤੀ ਨਹੀਂ ਹੁੰਦੀ ਸੀ ਲੋਕ ਸੀਜ਼ਨ ਟੱਪਦੇ ਹੀ ਨਾ ਸਾਨੂੰ ਐਡਵਾਂਸ ਪੇਮੈਂਟ ਦੇ ਦਿੰਦੇ ਸੀ ਵੀ ਤੁਸੀਂ ਮੈਨੂੰ ਮਾਲ ਬਣਾ ਕੇ ਮੈਨੂੰ 10 ਕੁਇੰਟਲ ਦੇ ਦਿਓ ਮੈਨੂੰ 5 ਦੇ ਦਿਓ ਮੈਨੂੰ 4 ਦੇ ਦਿਓ ਇਸ ਤਰੀਕੇ ਅਸੀਂ ਜਦੋਂ ਮਾਲ ਉਹਨਾਂ ਤੋਂ ਐਡਵਾਂਸ ਪੈਸੇ ਲੈ ਕੇ ਨਾ ਅਸੀਂ ਮਾਲ ਬਣਾ ਕੇ ਲੋਕਾਂ ਨੂੰ ਦਿੰਦੇ ਰਹੇ ਕੁਛ ਸਮਾਂ ਪਿਆ ਉਹ ਬੰਦਾ ਹੋ ਗਿਆ ਲਾਲਚੀ ਜਿਹੜਾ ਸਾਡਾ ਪਾਰਟਨਰਸ਼ਿਪ ਸੀ ਉਹ ਲਾਲਚੀ ਹੋ ਗਿਆ ਹੁਣ ਸਾਡੇ ਬ੍ਰਦਰ ਮੇਰੇ ਤੋਂ ਛੋਟਾ ਵੀ ਸੀ ਨਾਲ ਦੁਕਾਨ ਹੈ ਇਹ ਵੀ ਪੜ੍ਹ ਕੇ ਵਿਹਲਾ ਹੋ ਗਿਆ ਅਸੀਂ ਇਹਨੂੰ ਲੈ ਆਏ ਅਸੀਂ ਇਹਨੂੰ ਕਹਿ ਇਹਨੂੰ ਕੰਮ ਲਾਉਂਦੇ ਹਾਂ ਕਿਤੇ ਕੋਈ ਦੁਕਾਨ ਦਕੂਨ ਕਰਾਉਂਦੇ ਹਾਂ ਦੁਕਾਨ ਜਦੋਂ ਉਹਨੂੰ ਕਰਾਉਣ ਲੱਗੇ ਉਹਨੇ ਦੁਕਾਨ ਤੋਂ ਮੁੱਕਰ ਗਿਆ ਅਸੀਂ ਕਿਹਾ ਚਲੋ ਇਹ ਤਾਂ ਇਹਦਾ ਅਤਬਾਰ ਤਾਂ ਹੈ ਨਹੀਂ ਆਪਾਂ ਨੂੰ ਆਪਣਾ ਕੰਮ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ ਇਹਨੂੰ ਅਸੀਂ ਫਿਰ ਨਿਊ ਮਾਧੋਪੁਰੀ ਆਪਣੇ ਹੁਣ ਉੱਥੇ 50,000 ਰੁਪਏ ਜਗ੍ਹਾ ਦਾ ਰੇਟ ਹੈ ਅਸੀਂ 290 ਰੁਪਏ ਜਗ੍ਹਾ ਲੈ ਕੇ ਇੱਕ ਇਹਨੂੰ ਫੈਕਟਰੀ ਲਾ ਕੇ ਜਦੋਂ ਇਹਨੂੰ ਫੈਕਟਰੀ ਲਾ ਕੇ ਦਿੱਤੀ ਇੱਧਰੋਂ ਅਸੀਂ ਥੋੜ੍ਹੀ ਜਿਹੀ ਮਿਹਨਤ ਕੀਤੀ ਉਹ ਫੈਕਟਰੀ ਬਹੁਤ ਜਲਦੀ ਚਲਾਈ ਅਸੀਂ ਸਾਡਾ ਨਾਮ ਬਣ ਗਿਆ ਉਹ ਕੁਦਰਤ ਨੇ ਐਸਾ ਸਾਥ ਦਿੱਤਾ ਜਿੱਥੇ ਅਸੀਂ ਬੈਠੇ ਹਾਂ ਨਾ ਇਹ ਜਗ੍ਹਾ ਦੇ ਵਿੱਚ ਅਸੀਂ ਸ਼ਟਰ ਵੀ ਨਹੀਂ ਲਾਉਣ ਵਾਲੇ ਸੀ ਜੋ ਪਰਮਾਤਮਾ ਨੇ ਕਿਰਪਾ ਸਾਡੇ ਪਿੰਡ 'ਚ ਗੁਰੂ ਅਮਰਦਾਸ ਦਾ ਗੁਰਦੁਆਰਾ ਹੈਗਾ ਉੱਥੇ ਜੋੜਾ ਹੈਗਾ ਲੋਕ ਅਸੀਂ ਉਹਨੂੰ ਮੰਨਦੇ ਹਾਂ ਅਸੀਂ ਹੁਣ ਵੀ ਸਾਲ ਬਾਅਦ ਜੇ ਉੱਥੇ ਮੇਲਾ ਲੱਗਦਾ ਸੀ ਉੱਥੇ ਜਾਂਦੇ ਹਾਂ ਸਾਡੇ ਵਾਸਤੇ ਰੱਬ ਉਹ ਹੈ ਉੱਥੋਂ ਸਾਨੂੰ ਇੰਨੀ ਕਿਰਪਾ ਸਾਡੇ 'ਤੇ ਹੋਈ ਸਾਡਾ ਆਪਸ ਵਿੱਚ ਵਿਗਾੜ ਪੈ ਗਿਆ ਅਸੀਂ ਅਲੱਗ ਅਲੱਗ ਹੋ ਗਏ ਉਹਨੇ ਸਾਨੂੰ ਕੁਛ ਵੀ ਨਹੀਂ ਦਿੱਤਾ ਸੀ ਫੈਕਟਰੀ ਉਹਨੇ ਸਾਡੇ ਤੋਂ ਲੈ ਲਈ ਕੋਈ ਸਾਡੇ ਕੋਲ ਕੋਈ ਚੀਜ਼ ਵੀ ਨਹੀਂ ਸੀ ਇੱਕ ਸਾਡੇ ਕੋਲ 290 ਗਜ਼ ਜਿਹੜਾ ਨੂੰ ਮਾਧੋਪੁਰੀ ਲਾਈ ਸੀ ਫੈਕਟਰੀ ਉਹ ਹੀ ਬਚੀ ਸੀ ਬਾਕੀ ਉਹਨੇ ਸਾਡਾ ਘਰ ਮਕਾਨ ਮੋਚਪੁਰੇ ਦੁਕਾਨ ਸਭ ਹੈਂਡ ਓਵਰ ਕਰ ਲਈਆਂ ਸਾਨੂੰ ਅਸੀਂ ਨਵੇਂ ਨਵੇਂ ਸੀ ਉਹਨੇ ਡਰਾ ਕੇ ਲੈ ਲਈਆਂ ਅਸੀਂ ਦੇ ਤੀਆਂ ਅਸੀਂ ਲੜੇ ਨਹੀਂ ਦੇ ਤੀਆਂ ਉਸ ਤੋਂ ਬਾਅਦ ਆਹ ਫੈਕਟਰੀ ਸੀ ਰੱਬ ਨੇ ਇੰਨੀ ਸਾਡੀ ਸੁਣੀ ਅਸੀਂ ਫਿਰ ਇਹਨਾਂ ਫੈਕਟਰੀਆਂ ਇਹ ਫੈਕਟਰੀ ਚਲਾਈ ਇਸ ਤੋਂ ਬਾਅਦ ਸਾਡਾ ਮਾਲ ਰੰਗਾਈ ਹੋ ਕੇ ਆਉਂਦਾ ਸੀ ਡੈਂਗਾਂ ਤੋਂ ਫਿਰ ਅਸੀਂ ਆਪਣੀ ਡੈਂਗ ਲਾਈ ਪੰਜਾਬ ਡੈਂਗ ਫਿਰ ਅਸੀਂ ਅਲੱਗ ਅਲੱਗ ਭਰਾ ਸੀ ਇੱਕ ਭਰਾ ਨੇ ਮੋਚਪੁਰੇ ਦੁਕਾਨਾਂ ਬਣਾਈਆਂ ਮੇਰੀਆਂ ਵੀ 2 ਫੈਕਟਰੀਆਂ ਸੀ ਡੈਂਗ ਸੀ ਫਿਰ ਸਾਡਾ ਕਾਰੋਬਾਰ ਦਾ ਕੋਈ ਟਿਕਾਣਾ ਨਹੀਂ ਰਿਹਾ ਬਹੁਤ ਖਲਾਰਾ ਪਿਆ ਕੰਮ ਦਾ ਕੁਛ ਸਮਾਂ ਪਿਆ ਕੰਮ ਦੇ ਵਿੱਚ ਤਾਂ ਸਾਨੂੰ ਕਮੀ ਨਹੀਂ ਸੀ 10 ਕੁ ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਨਾ ਇੱਥੇ ਹੁਣ ਅਸੀਂ ਬਿਲਕੁਲ ਕਾਰੋਬਾਰ 'ਚ ਬਿਲਕੁਲ ਉਹ ਸਾਡੇ ਬੱਚੇ ਕੰਮ ਕਰਨ ਲੱਗ ਗਏ 10 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਨਾ ਤਾਂ ਸਾਨੂੰ ਮਹਿਸੂਸ ਹੋਇਆ ਵੀ ਇੱਥੇ ਜਦੋਂ ਅਸੀਂ ਕੰਮ ਕਰਦੇ ਸੀ ਨਾ ਸਾਡੇ 'ਤੇ ਜਗ੍ਹਾ ਜਗ੍ਹਾ ਪਾਬੰਦੀਆਂ ਸਨ ਕਦੀ ਆਹ ਟੈਕਸ ਲਾਤਾ ਕਦੀ ਆਹ ਟੈਕਸ ਲਾਤਾ ਖੁੱਲ੍ਹ ਕੇ ਕੰਮ ਨਹੀਂ ਕਨੈਕਸ਼ਨ ਨਹੀਂ ਲੈ ਸਕਦੇ ਸੀ ਬਿਜਲੀ ਦਾ ਖੁੱਲ੍ਹ ਕੇ ਅਸੀਂ ਕਾਰੋਬਾਰ ਨਹੀਂ ਕਰ ਸਕਦੇ ਸੀ ਕਦੀ ਇੱਧਰ ਮਾਲ ਸਾਡਾ ਫੜਿਆ ਗਿਆ ਕਦੀ ਉੱਧਰ ਫੜਿਆ ਗਿਆ ਅਸੀਂ ਕੰਮ ਤੋਂ ਬਹੁਤ ਦੁਖੀ ਹੋ ਗਏ ਕੰਮ ਤੋਂ ਜਦੋਂ ਦੁਖੀ ਹੋ ਗਏ ਅਸੀਂ ਆਖਿਆ ਯਾਰ ਕੰਮ ਤਾਂ ਕਰਨਾ ਨਹੀਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਅਸੀਂ ਇਹਦੇ ਨਾਲ ਦਿੱਲੀ ਅੰਨਾ ਹਜ਼ਾਰੇ ਦਾ ਅੰਦੋਲਨ ਸੀ ਮੈਂ ਉੱਥੇ ਜਾਂਦਾ ਰਿਹਾ ਕੇਜਰੀਵਾਲ ਸਾਡੇ ਜਿਹੜੇ ਉਦੋਂ ਪਾਰਟੀ ਦੇ ਕਨਵੀਨਰ ਸੀ ਉਹਨਾਂ ਨੇ ਪਾਰਟੀ ਅਨਾਊਂਸ ਕੀਤੀ ਅਸੀਂ ਦਿੱਲੀ ਸੀ ਉਸ ਤੋਂ ਬਾਅਦ ਕੀ ਹੋਇਆ ਪਾਰਟੀ ਨੇ ਇਲੈਕਸ਼ਨ ਅਨਾਊਂਸ ਕੀਤੇ ਤਿਲਕ ਨਗਰ 'ਚ ਅਸੀਂ ਪਾਰਟੀ ਦਾ ਪ੍ਰਚਾਰ ਕੀਤਾ ਸਾਡੇ ਉੱਥੇ ਜਰਨੈਲ ਸਿੰਘ ਸਾਡੇ ਹੈਗੇ ਸੀ ਜਿਹੜੇ ਪੰਜਾਬ ਦੇ ਪ੍ਰਭਾਈ ਬਣੇ ਤਿਲਕ ਨਗਰ ਤੋਂ ਖੜ੍ਹੇ ਅਸੀਂ ਉਹਨਾਂ ਦਾ ਪ੍ਰਚਾਰ ਕਰਨ ਗਏ ਪਾਰਟੀ ਦਾ ਪ੍ਰਚਾਰ ਕੀਤਾ ਪਾਰਟੀ ਦਾ ਉੱਥੇ 28 ਸੀਟਾਂ ਮਿਲੀਆਂ ਪਹਿਲੀ ਵਾਰ ਪਾਰਟੀ ਨੇ ਸਾਡੇ ਕਨਵੀਨਰ ਕੇਜਰੀਵਾਲ ਜੀ ਨੇ ਇੰਨਾ ਕੰਮ ਕੀਤਾ ਅਗਲੇ ਵਾਰੀ ਪਾਰਟੀ ਇਸ ਲੋਕਾਂ ਨੇ ਬਹੁਮਤ ਦਿੱਤਾ ਸਰਕਾਰ ਬਣ ਗਈ ਪੰਜਾਬ ਵਿੱਚ ਹਵਾ ਫੈਲ ਗਈ ਵੀ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਹੈ ਫਿਰ ਉਸ ਟਾਈਮ ਅਸੀਂ ਲੋਕਾਂ ਨੇ ਸਾਡੇ 10 ਬੰਦੇ ਅਸੀਂ ਇਕੱਠੇ ਹੋਏ ਸੀ ਅਸੀਂ ਆਪਣੇ ਕੋਲੋਂ ਪੈਸੇ ਪਾ ਕੇ ਨਾ ਪਹਿਲਾਂ ਤਾਂ ਉੱਥੋਂ ਪਰਚੀਆਂ ਲੈ ਕੇ ਆਏ ਮੈਂਬਰਸ਼ਿਪ ਦੀਆਂ ਉਦੋਂ ਉਸ ਟਾਈਮ ਸਾਡੀ ਪਾਰਟੀ ਨੇ ਨਾ 10 ਰੁਪਏ ਦੀ ਇੱਕ ਮੈਂਬਰਸ਼ਿਪ ਦੀ ਪਰਚੀ ਸੀ ਲੋਕ 10 ਰੁਪਏ ਦੀ ਪਰਚੀ ਵੀ ਕਟਾਉਂਦੇ ਨਹੀਂ ਸਨ ਫਿਰ ਅਸੀਂ ਕੀ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਪਾਰਟੀ ਦੀ ਵੀ ਮਦਦ ਕਰਨੀ ਹੈ ਅਤੇ ਲੋਕਾਂ ਨੂੰ ਵੀ ਜੋੜਨਾ ਪੈਸੇ ਅਸੀਂ ਉੱਥੋਂ ਲਾ ਕੇ ਦਿੱਲੀ 'ਚੋਂ ਝੰਡੇ ਟੋਪੀਆਂ ਅਤੇ ਪਰਚੀਆਂ ਲੈ ਕੇ ਆਉਂਦੇ ਸੀ ਇੱਥੇ ਆ ਕੇ ਲੋਕਾਂ ਦੀਆਂ ਮੁਫ਼ਤ ਪਰਚੀਆਂ ਕੱਟ ਕੇ ਪਾਰਟੀ ਡਾਟਾ ਜਿਹੜਾ ਸੀ ਉਹ ਪਾਰਟੀ ਨੂੰ ਦਿੰਦੇ ਸੀ ਉਹਦੇ ਕਰਦੇ ਕਰਦੇ ਲੋਕਾਂ 'ਚ ਇੰਟਰਸਟ ਵਧਿਆ ਲੋਕ ਆਮ ਆਦਮੀ ਪਾਰਟੀ
ਨੂੰ ਪੰਜਾਬ ਦੇ ਵਿੱਚ ਅਸੀਂ ਫਿਰ ਸੁਵਿਧਾ ਸੈਂਟਰ ਬਣਾਇਆ ਆਂਸਲ ਪਲਾਜ਼ਾ ਦੇ ਪਿੱਛੇ। ਜਿੰਨੇ ਪੰਜਾਬ ਦੇ ਐਮ ਐਲ ਏ ਅੱਜ ਬਣੇ ਆ, ਜਿੰਨੇ ਪੰਜਾਬ ਦੇ ਅਫਸਰ ਸੀ, ਆਹ ਜਿਹੜੇ ਸੀ ਆਪਣੇ ਹੁਣ ਇਸ ਟਾਈਮ ਜਿਹੜੇ ਕਾਰੀਕਰਤਾ ਸਾਡੇ ਤੋਂ ਬਹੁਤ ਹਾਈ ਲੈਵਲ 'ਤੇ ਪਹੁੰਚ ਗਏ, ਇਹ ਲੋਕ ਲੁਧਿਆਣੇ 'ਚ ਹੀ ਆਉਂਦੇ ਸੀ ਵੀ ਪਾਰਟੀ ਲੁਧਿਆਣੇ ਤੋਂ ਚੱਲ ਰਹੀ ਹੈ, ਇਹ ਸਾਨੂੰ ਹੀ ਆ ਕੇ ਅਸੀਂ ਫਿਰ ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਮਾਨਸਾ, ਬੁਲਾਡਾ, ਇਹਨਾਂ ਸਾਰੀਆਂ ਥਾਵਾਂ 'ਤੇ ਅਸੀਂ ਨਾ ਉਹ ਯੂਨਿਟ ਆਪਦੇ ਸਥਾਪਿਤ ਕੀਤੇ, ਪਾਰਟੀ ਨੂੰ ਬੁਲੰਦੀਆਂ 'ਤੇ ਲੈ ਕੇ ਗਏ। ਫਿਰ ਸਾਡੇ ਪ੍ਰਧਾਨ ਬਣੇ ਛੋਟੇਪੁਰ, ਅਸੀਂ ਉਹਨਾਂ ਨਾਲ ਬੜੀ ਮਿਹਨਤ ਕੀਤੀ, ਸਵੇਰ ਨਾਲ ਘਰੋਂ ਨਿਕਲਦੇ ਸੀ, ਸਾਰੇ ਪੰਜਾਬ ਵਿੱਚ ਲੋਕਾਂ ਨੂੰ ਮਿਲਾ ਕੇ ਇੱਦਾਂ ਪਾਰਟੀ ਚਲਾਈ। ਹੁਣ ਕਾਰੋਬਾਰ ਦੇ ਵਿੱਚ ਤਾਂ ਸਾਨੂੰ ਕਮੀ ਨਹੀਂ ਸੀ, ਹੁਣ ਅਸੀਂ ਇਹ ਸੋਚਦੇ ਸੀ ਵੀ ਜਿੱਦਾਂ ਸਾਡਾ ਕਾਰੋਬਾਰ ਵਧਿਆ ਹੈ ਉਸ ਤਰੀਕੇ ਸਾਡੀ ਸਮਾਜ ਵਿੱਚ ਵੀ ਇੱਜ਼ਤ ਹੋਏ, ਉਹ ਸਮਾਜ ਵਿੱਚ ਇੱਜ਼ਤ ਤਾਂ ਫਿਰ ਆਪਾਂ ਕਿਸੇ ਪਾਰਟੀ ਨਾਲ ਰਲ ਕੇ ਹੀ ਹੋ ਸਕਦੇ ਸੀ। ਫਿਰ ਸਾਡੀ ਮਿਹਨਤ ਆਈ, ਅੱਜ ਸਾਡੀ ਸਰਕਾਰ ਬਣੀ, ਚਲੋ ਠੀਕ ਹੈ, ਪਾਰਟੀ ਨਾਲ ਆਪਾਂ ਮਿਹਨਤ ਕੀਤੀ, ਪਾਰਟੀ ਦੀ ਸਰਕਾਰ ਬਣੀ, ਸਾਨੂੰ ਬਹੁਤ ਖੁਸ਼ੀ ਹੋਈ। ਅੱਜ ਸਾਡੇ ਭਗਵੰਤ ਮਾਨ ਜੀ ਸੀ ਐੱਮ ਨੇ ਸਾਹਿਬ ਨੇ, ਕਿੱਥੇ ਸੀ ਐੱਮ ਸਾਹਿਬ ਨੂੰ ਮਿਲਣਾ ਬਹੁਤ ਮੁਸ਼ਕਲ ਕੰਮ ਸੀ, ਕਿੱਥੇ ਅਸੀਂ ਸੀ ਐੱਮ ਸਾਹਿਬ ਨੂੰ ਆਰਾਮ ਨਾਲ ਮਿਲ ਸਕਦੇ ਹਾਂ, ਉਹਨਾਂ ਨਾਲ ਬੈਠ ਕੇ ਗੱਲਾਂ ਕਰ ਸਕਦੇ ਹਾਂ, ਪਰ ਠੀਕ ਹੈ, ਸਾਡੀ ਇੱਜ਼ਤ ਹੋ ਗਈ, ਲੋਕ ਸਾਨੂੰ ਹੁਣ ਸਤਿਕਾਰ ਸਤਿਕਾਰ ਦਿੰਦੇ। ਦੇਖੋ ਇੱਧਰ, ਦੇਖੋ ਛੋਲਾ ਦਾ ਕੰਮ ਬਣਦਾ, ਦੇਖ ਰਿਹਾ ਜੀ ਅਰੋੜਾ ਜੀ, ਜਿਹੜੇ ਕਿ ਪਾਕਿਸਤਾਨ ਤੋਂ, ਜਿਹਨਾਂ ਦੇ ਫਾਦਰ ਸਾਹਿਬ 1947 ਦੇ ਵਿੱਚ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਬਟਵਾਰਾ ਹੋਇਆ, ਪਾਕਿਸਤਾਨ ਛੱਡ ਕੇ, ਘਰ ਛੱਡ ਕੇ, ਜ਼ਮੀਨਾਂ ਛੱਡ ਕੇ, ਹਰ ਚੀਜ਼ ਛੱਡ ਕੇ, ਆਪਣੀ ਜਾਨ ਬਚਾ ਕੇ ਹਿੰਦੁਸਤਾਨ ਪਹੁੰਚੇ ਸਨ, ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿੱਦਾਂ ਸਫ਼ਰ ਕੀਤਾ, ਕਿੱਦਾਂ ਕਿੱਦਾਂ ਮੁਸੀਬਤਾਂ ਝੱਲੀਆਂ, ਕਿੱਦਾਂ ਕਿੱਦਾਂ ਕਾਰੋਬਾਰ ਬਦਲੇ, ਮਿਹਨਤਾਂ ਕਰ ਕਰਕੇ ਅੱਜ ਅਰੋੜਾ ਬਰਾਦਰੀ ਜਿੰਨੇ ਵੀ ਪਾਕਿਸਤਾਨ ਦੇ ਲੋਕ ਸਨ ਅੱਜ ਬੁਲੰਦੀਆਂ 'ਤੇ ਪਹੁੰਚ ਗਏ ਨੇ, ਜਿਹਨਾਂ 'ਚ ਕਰੋੜਾ ਜੀ ਵੀ ਨੇ ਲੁਧਿਆਣਾ ਸ਼ਹਿਰ ਦੇ ਵਿੱਚ, ਲੁਧਿਆਣਾ ਸ਼ਹਿਰ 'ਚ ਬਹੁਤ ਸਾਰੇ ਅਰੋੜਾ ਨੇ ਜਿਹੜੇ ਇਹਨਾਂ ਦੀ ਬਰਾਦਰੀ ਦੇ ਨੇ, ਖੱਤਰੀ ਬਰਾਦਰੀ ਦੇ ਲੋਕ ਨੇ ਜਿਹੜੇ ਅੱਜ ਬੁਲੰਦੀਆਂ 'ਤੇ, ਸਿੱਖ ਬਰਾਦਰੀ ਦੇ ਲੋਕ ਨੇ ਜਿਹੜੇ ਪਾਕਿਸਤਾਨ ਤੋਂ ਆਏ ਸਨ, ਅੱਜ ਬਹੁਤ ਕਾਰੋਬਾਰ ਵੱਡੇ ਵੱਡੇ ਬਣ ਗਏ ਨੇ, ਮਿਹਨਤ ਦਾ ਫਲ ਇਹਨਾਂ ਨੂੰ ਮਿਲਿਆ ਹੈ। ਕਹਿੰਦੇ ਸੀ ਰਾਤ ਦਿਨ ਅਸੀਂ ਮਿਹਨਤ ਕੀਤੀ, ਅਰੋੜਾ ਜੀ ਨੇ ਆਪਣੀ ਜਿਹੜੀ ਦੱਸੀ ਇਹ ਦਾਸਤਾਂ, ਇਹ ਜਿਹੜਾ ਆਪਣਾ ਦੱਸਿਆ ਸੀ, ਇਹਨਾਂ ਨੂੰ ਥੋੜ੍ਹਾ ਜਿਹਾ ਕਿਹਾ ਸਾ ਵੀ ਸਾਨੂੰ ਦੱਸੋ ਤੁਸੀਂ ਪਾਕਿਸਤਾਨ ਤੋਂ, ਤੁਹਾਡੇ ਫਾਦਰ ਸਾਹਿਬ ਕਿਵੇਂ ਆਏ ਸੀ ਅਤੇ ਤੁਸੀਂ ਕਿਵੇਂ ਇੱਥੇ ਆਪਣਾ ਕਾਰੋਬਾਰ ਕੀਤਾ, ਅਤੇ ਇਹਨਾਂ ਨੇ ਦੱਸਿਆ। ਧੰਨਵਾਦ ਕਰਦੇ ਹਾਂ ਅਸੀਂ ਲੇਖਰਾਜ ਜੀ, ਅਰੋੜਾ ਜੀ ਨੇ ਸਾਡੇ ਨਾਲ ਗੱਲਾਂ ਕੀਤੀਆਂ, ਅਸੀਂ ਕਹਿੰਦੇ ਤੁਸੀਂ ਵੀ ਗੱਲਾਂ ਸਾਡੇ ਨਾਲ ਕਰੋ, ਸਾਂਝੀਆਂ ਕਰੋ, ਤਾਂ ਕਿ ਜਿਹੜੀ ਸਾਡੇ ਬੱਚੇ ਆਉਣ ਵਾਲੀ ਜਨਰੇਸ਼ਨ ਹੈ ਉਹ ਵੀ ਦੇਖੇ ਕਿ ਮਿਹਨਤ ਦਾ ਫਲ ਕਿੰਨਾ ਮਿੱਠਾ ਹੁੰਦਾ। ਧੰਨਵਾਦ ਅਰੋੜਾ ਜੀ ਦਾ, ਧੰਨਵਾਦ।